ਭਾਰਤ ਨਗਰ ਚੌਂਕ ਵਿਚ ਖਲੋਤਾ ਪਾਣੀ ਦੱਸ ਰਿਹਾ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਫਿਟਕਾਰ ਪਾਈ ਜਾ ਰਹੀ ਹੈ। ਇੱਥੇ ਤਾਂ ਕੋਈ ਠੀਕ ਹੈ ਜੇ ਤੁਹਾਨੂੰ ਹੋਰ ਪਾਣੀ ਦਿਖਾਵਾਂਗਾ। ਪੂਰਾ ਲੁਧਿਆਣਾ ਪੱਟਿਆ ਹੋਇਆ, ਕਾਰੋਬਾਰ ਫੇਲ ਕੀਤੇ ਹੋਏ ਨੇ, ਇਹਨਾਂ ਦੇ ਇੰਜੀਨੀਅਰ ਵੀ ਫੇਲ, ਜਿਹੜੇ ਬਣਾ ਰਹੇ ਨੇ ਉਹ ਵੀ ਫੇਲ, ਇਹਨਾਂ ਨੇ ਪੈਸਾ ਖਾਣਾ। ਕਹਿੰਦੇ ਸਾਰੀ ਇਮਾਰਤਾਂ ਨਹੀਂ ਬਣਾਉਣੀਆਂ ਜਾਂ ਫਲਾਈਓਵਰ ਨਹੀਂ ਬਣਾਉਣੇ, ਅਤੇ ਉਹ ਇੰਨੇ ਘਟੀਆ ਬਣਾਉਣੇ, ਇਹਨਾਂ ਨੂੰ ਟੁੱਟੀ ਜਾਣਾ, ਅਤੇ ਇਹਨਾਂ ਕੰਜਰਾਂ ਨੇ ਸਾਰੇ ਜਾਣ ਨੂੰ ਵਕਤ ਪਾਇਆ। ਸੋ ਲਾਹਨਤ ਇਹੋ ਜਿਹੀ ਸਰਕਾਰ ਨੂੰ, ਅੱਜ ਦੀ ਨਹੀਂ ਸਾਰੀਆਂ ਸਰਕਾਰ ਜਿਹੜੀਆਂ ਹਰ ਲੁਧਿਆਣੇ ਨੂੰ ਕੰਸਟਰਕਸ਼ਨ ਜੀ ਪਾਈ ਰੱਖਦੀਆਂ ਨੇ, ਇਹਨੂੰ ਫਿਕਰ ਹੀ ਕੋਈ ਨਹੀਂ ਕਿ ਲੋਕਾਂ ਨੇ ਲੰਘਣਾ ਕਿੱਥੋਂ ਹੈ, ਅਤੇ ਕਾਰੋਬਾਰ ਸਾਰੇ ਤਬਾਹ ਕੀਤੇ ਹੋਏ ਨੇ। ਇਹਨਾਂ ਮਾਰੋ ਭੁੱਖਾ, ਇਹਨਾਂ ਦੇ ਨਾ ਕਮਰੇ ਨੂੰ ਲਾ ਕੇ ਤਾਲਾ ਭੁੱਖੇ ਮਾਰ ਛੱਡ ਦੇ, ਘੱਟੋ ਘੱਟ ਇੱਕ ਹਫ਼ਤਾ ਭੁੱਖੇ ਰੱਖੋ। ਇਹ ਦੇਖੋ ਜਗ੍ਹਾ ਜਗ੍ਹਾ ਪਾਣੀ ਖੜਾ, ਇਹ ਦੇਖੋ ਸਾਰਾ ਲੁਧਿਆਣਾ ਪੱਟਿਆ ਹੋਇਆ। ਲਖਲਾਣ ਦੇ ਡੀ ਸੀ ਸਾਹਿਬ ਨੂੰ, ਅਤੇ ਲਖਲਾਣ ਦੇ ਭਗਵੰਤ ਮਾਨ ਨੂੰ, ਅਤੇ ਲਖਲਾਣ ਦੇ ਪੂਰੀ ਪੰਜਾਬ ਸਰਕਾਰ ਨੂੰ।